ਆ ਸਾਰਾ ਯਾਰ ਮਤਲਬ ਉੱਥੋਂ ਤੱਕ ਪਾਣੀ ਹੁੰਦਾ ਨਾ ਯਾਰ ਆਹੋ ਆ ਫਵਾਰੇ ਫੂਰੇ ਜਿਹੋਣੇ ਤਾਂ ਉਹਨੂੰ ਚੱਲਦੇ ਹੋਣਾ ਨਾ 3B2 ਯਾਰ ਇਹ ਹੁਣ 3B2 ਮਾਰਕੀਟ ਆਏ ਪਹਿਲਾਂ ਆਪਾਂ ਗਏ ਹਾਂ HB2 ਚੰਡੀਗੜ੍ਹ ਦਾ ਰੂਲ ਇੰਨੇ ਕੁ ਜ਼ਿਆਦਾ ਗੰਦੇ ਗੰਦੇ ਰੂਲ ਆ ਮੈਂ ਕੀ ਦੱਸਾਂ ਆਈ ਨੋ ਇਹ ਬਲੋਗ ਥੋੜਾ ਨਿੱਕਾ ਬਣਿਆ ਵਾ ਇਹਨੇ ਬੜਾ ਕੰਮ ਖਰਾਬ ਕੀਤਾ ਯਾਰ ਨੋਟ ਟੂ ਬੀ ਬੈਡ ਬਟ ਨੋਟ ਟੂ ਬੀ ਗੁੱਡ ਦਾਸ ਯਾਰ ਯਾਰ ਅੱਜ ਫੇਰ ਚੰਡੀਗੜ੍ਹ ਦੇ ਅੱਜ ਦੂਜੀ ਰਾਤ ਆਪਣੀ ਤੇ ਕਸੋਲੀ ਤੋਂ ਕਮ ਕੇ ਆ ਜੋਗੇ ਜੇ ਕਿਸੇ ਨੇ ਕਸੋਲੀ ਦਾ ਵਲੌਗ ਨਹੀਂ ਦੇਖਿਆ ਸਭ ਤੋਂ ਜਾ ਕਸੋਲੀ ਦਾ ਵਲੌਗ ਦੇਖੋ ਲਿੰਕ ਡਿਸਕ੍ਰਿਪਸ਼ਨ ਬਾਕਸ ਉੱਤੇ ਤੇ ਹੇ ਗਾਇਸ ਵੈਲਕਮ ਬੈਕ ਟੂ ਜਿਹੜੇ ਮੈਂ ਚੈਨਲ ਆਏ ਹੋ ਤੇ ਸਾਰੇ ਨਾਲ ਵਧਿਆ ਹੋ ਜਿਹੜੇ ਆ ਨਵੇਂ ਬੋਏ ਵਧੀਆ ਵਾ ਠੀਕ ਆ ਤੇ ਚੰਡੀਗੜ੍ਹ ਕਹਿੰਦਾ ਨਹੀਂ ਨਾ ਤੜੀ ਮੈਂ ਰਾਤ ਕਿਤੇ ਹੋਰ ਜਾਂਦੇ ਨਾ ਸਵੇਰੇ ਤੇ ਯਾਰ ਤੜਕੇ ਵੀ ਆਪਾਂ ਇੱਥੋਂ ਨਿਕਲੇ ਤੇ ਦਿਨੇ ਥੋੜਾ ਬਹੁਤ ਕਸੋਲੀ ਵਗੈਰਾ ਘੁੰਮੇ ਬਾਕੀ ਸਾਰੇ ਤੁਸੀਂ ਕਸੋਲੀ ਵਾਲੀ ਟ੍ਰਿਪ ਯਾਰ ਕਸੋਲੀ ਦੇ ਵਲੌਗ ਜਾ ਕੇ ਦੇਖ ਲਿਓ ਦੋ ਲੋਕ ਆਏ ਕਸੋਲੀ ਵਾਲੇ ਤੇ ਦੋਵੇਂ ਆ ਕੇ ਦੇਖ ਲਿਓ ਤੇ ਹੁਣ ਫੇਰ ਚੰਡੀਗੜ੍ਹ ਆ ਜੂਗਾ ਰਾਤ ਤੇ ਚੰਡੀਗੜ੍ਹ ਨੂੰ ਦੇਖਦੇ ਆ ਰਾਤ ਸੈਕਟਰ ਸੂਟਰ ਘੁੰਮਦੇ ਆ ਥੋੜੀ ਬਹੁਤ ਸ਼ਾਪਿੰਗ ਵਗੈਰਾ ਕਰਨੀ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੋਂ ਪਹਿਲਾਂ ਚੇਤਾ ਭੁੱਲ ਗਿਆ ਯਾਰ ਤੇ ਬਾਕੀ ਟਾਈਟ ਸਮਝਦਾ ਆਪਾਂ ਲੱਗ ਜੂਗਾ ਵਲੌਗ ਕੀ ਹੋਣਾ ਵਾ ਤੇ ਕੀ ਨਹੀਂ ਹੋਣਾ ਬਾਕੀ ਫੇਰ ਰੈਡੀ ਸ਼ੈਡੀ ਹੋ ਚੁੱਕੇ ਆ ਚਲੋ ਚੱਲਦੇ ਆ ਸੈਕਟਰ ਸੂਟਰ ਚੜੇ ਆ ਨਾ ਕੁਝ ਨਹੀਂ ਪਤਾ ਡਿਸਾਈਡ ਦੇਖਦੇ ਆ ਯਾਰ ਆਜੋ ਯਾਰ ਸਾਨੂੰ ਪਤਾ ਨਹੀਂ ਆਪਾਂ ਕਿਹੜੇ ਸੈਕਟਰ 'ਚ ਆਏ ਹਾਂ ਆਈ ਥਿੰਕ HB2 ਆ ਕਿ ਹੁਣ 3B2 ਆ ਸੋ ਇੱਕ ਟਿਕਟ ਲਈ ਉਹ ਚੰਗੀ ਲੱਗੀ ਆ 3B2 ਯਾਰ ਇਹ ਹੁਣ 3B2 ਮਾਰਕੀਟ ਆਏ ਪਹਿਲਾਂ ਆਪਾਂ ਗਏ ਹਾਂ HB2 ਤੇ ਉੱਥੋਂ ਮੈਂ ਇੱਕ ਟਿਕਟ ਲਈ ਪ੍ਰਾਪਨ ਨੂੰ ਸੁਣਨੀ ਹੁਣ ਪ੍ਰਾਪਨ ਨੇ ਲੈਣੀ ਆ ਤੇ ਆਓ ਦੇਖੀਏ ਆ ਗਈਆਂ ਕੁੜੀਆਂ ਵੀ ਆ ਗਈ ਯਾਰ 3B2 ਮਾਰਕੀਟ ਜਾਂਦਾ ਸਾਡਾ ਕੋਈ ਵੀ ਫਾਇਦਾ ਨਹੀਂ ਸੀ ਯਾਰ ਉੱਥੇ ਬਿਕੋ ਸਾਰੇ ਗਰਲਸ ਤੇ ਆਰਟੀਕਲ ਸੀ ਬਾਕੀ ਹੁਣ ਭੁੱਖ ਲੱਗੀ ਕੁਛ ਖਾਣਾ ਡੋਮਿਨੋਜ਼ ਦੇ ਬਾਹਰ ਟੇਕ ਅਵੇ ਕਰਨਾ ਵਿੱਚ ਟੇਕ ਅਵੇ ਕਰਕੇ ਕਰੇ ਜਾਂਦੇ ਕਰਦੇ ਖਾਂਦੇ ਆ ਤੇ ਆਈ ਜਾਂ ਫਿਰ ਵੇਸਟ ਕਰੇ ਕੋਈ ਫੋਟੋ ਨਹੀਂ ਕੀਤੀ ਦੀ ਨੈਕਸਟ ਡੇ ਅਗਲਾ ਦਿਨ ਆ ਜਿਹੜਾ ਥਰਡ ਡੇ ਆ ਚੰਡੀਗੜ੍ਹ ਦੇ ਵਿੱਚ ਬਾਕੀ ਯਾਰ ਕੱਲ੍ਹ ਤਾਂ ਆਪਾਂ H2 ਅਤੇ ਪਤਾ ਨਹੀਂ H2B ਅਤੇ 3B2 ਪਤਾ ਨਹੀਂ ਕਿਹੜੀ ਕਿਹੜੀ ਮਾਰਕੀਟ ਘੁੰਮੀਆਂ ਜਿੱਥੇ ਇੰਨਾ ਕਿਹੜਾ ਕਰਾਊਡ ਕਿ ਵਲੌਗ ਕਰਨਾ ਬਹੁਤ ਹੀ ਔਖਾ ਹੈ ਅਤੇ ਅਸੀਂ ਇਸ ਕਰਕੇ ਆਪਾਂ ਵਲੌਗ ਨਹੀਂ ਕਰ ਪਾਏ ਇਸ ਕਰਕੇ ਆਪਾਂ ਵਲੌਗ ਸ਼ੂਟ ਨਹੀਂ ਕੀਤਾ ਦੈਨ ਫਿਰ ਉਸ ਤੋਂ ਬਾਅਦ ਆਪਾਂ ਯਾਰ ਸਾਰੇ ਗਰਲਸ ਸਿਆਟੀ ਕਰ ਲਈ ਬੋਇਸ ਬਹੁਤ ਘੱਟ ਸੀ ਤਾਂ ਕਿ ਆਪਾਂ ਘੁੰਮ ਫਿਰ ਕੇ ਅਤੇ ਘਰ ਆ ਚੁੱਕੇ ਰਾਤੀ ਮੈਂ ਸੌਂ ਸਾਂ ਕੇ ਖਾ ਪੀ ਕੇ ਤਾਂ ਕਿ ਵਲੌਗ ਕੱਲ੍ਹ ਦਾ ਥੋੜ੍ਹਾ ਨਿੱਕਾ ਬਣਿਆ ਹੋਊਗਾ ਇਹਨੂੰ ਸੋ ਹੁਣ ਯਾਰ ਫਿਰ ਹੁਣ ਰੈਡੀ ਸ਼ੈਡੀ ਅੱਜ ਫਿਰ ਹੋ ਚੁੱਕੇ ਆ ਅਤੇ ਜਿੱਦਾਂ ਦੇ ਆਪਾਂ ਚੰਡੀਗੜ੍ਹ ਵਿੱਚ ਆਏ ਨਾ ਮੀਂਹ ਨਹੀਂ ਰੁਕਣ ਡਿਆ ਚੱਕ ਕਰੋ ਯਾਰ ਮਤਲਬ ਮਾੜਾ ਪਈ ਜਾਂਦਾ ਚਿੱਕੜ ਚੱਕ ਕਰੋ ਅਤੇ ਜਾਂ ਮੀਂਹ ਪਈ ਜਾਂਦਾ ਅਤੇ ਜਾਂ ਫਿਰ ਕੜਾਕੀ ਧੁੱਪ ਲੱਗ ਜਾਂਦੀ ਦੁਪਹਿਰੀ ਦੇ ਅਤੇ ਬੁਰਾ ਹਾਲ ਹੋਇਆ ਪਿਆ ਚੰਡੀਗੜ੍ਹ ਦੇ ਵੈਦਰ ਦਾ ਵੈਸੇ ਤਾਂ ਠੀਕ ਹੈ ਯਾਰ ਵਧੀਆ ਵਾ ਨੋਟ ਟੂ ਬੀ ਬੈਡ ਬਟ ਨੋਟ ਟੂ ਬੀ ਗੁੱਡ ਠੀਕ ਹੈ ਯਾਰ ਓਕੇ ਓਕੇ ਆ ਅਤੇ ਬਾਕੀ ਹੁਣ ਇਹ ਜੀ ਪਾਲੇ ਬੂਟ ਰੱਖੀ ਆ ਅਤੇ ਬਾਕੀ ਹੁਣ ਗੱਡੀ 'ਚ ਨਿਕਲਿਆ ਮਤਲਬ ਸਾਰਾ ਘੁੰਮਣਾ ਕਰਨਾ ਵਾ ਸਾਰੇ ਵੱਲ ਲੋਕੇਸ਼ਨ ਐਕਸਪਲੋਰ ਕਰਨੇ ਬਟ ਉਹਦੇ ਦੇਖਣ ਨੈਕਸਟ ਵਲੌਗ ਵਿੱਚ ਆਹ ਵਲੌਗ ਵਿੱਚ ਆਪਾਂ ਥੋੜ੍ਹਾ ਬਹੁਤ ਲਾਗੇ ਬੰਨੇ ਲੋਕੇਸ਼ਨ ਘੁੰਮ ਕਰਦੇ ਹਾਂ ਸਕੂਟਰੀ ਜਾਣਾ ਵਾ ਚੰਡੀਗੜ੍ਹ 'ਚ ਸਕੂਟਰੀ ਘੁੰਮਣਾ ਯਾਰ ਚੰਡੀਗੜ੍ਹ ਦਾ ਰੂਲ ਇੰਨੇ ਕੁ ਜ਼ਿਆਦਾ ਗੰਦੇ ਗੰਦੇ ਰੂਲ ਹਨ ਮੈਂ ਕੀ ਦੱਸਾਂ ਜੇ ਮੰਨ ਲਓ ਆਪਾਂ ਜ਼ਿਆਦਾ ਸਪੀਡ 'ਤੇ ਭਜਾਵਾਂਗੇ ਗੱਡੀ ਅਤੇ ਤਾਂ ਚਲਾਉਣ ਵੈਸੇ ਤੁਹਾਨੂੰ ਸਾਰਾ ਪਤਾ ਚੰਡੀਗੜ੍ਹ ਰੂਲ ਬਹੁਤ ਸਟ੍ਰਿਕਟ ਆ ਅਤੇ ਬਹੁਤ ਹੀ ਭੈੜੇ ਭੈੜੇ ਆ ਅਤੇ ਜੇ ਸਕੂਟਰੀ ਹੈਲਮੈਟ ਨਹੀਂ ਪਾਇਆ ਤਾਂ ਵੀ ਚਲਾਉਣ ਅਤੇ ਜੇ ਮੰਨ ਲਾ ਕਹਿੰਦੇ ਨਾ ਅਤੇ ਜੇ ਸਾਈਕਲ 'ਤੇ ਮਤਲਬ ਪੈਰ ਛੱਡਦੇ ਹਾਂ ਤਾਂ ਚਲਾਉਣ ਜੇ ਆਪਾਂ ਕਿਤੇ ਜੇ ਸਾਈਕਲ ਇੱਕ ਹੱਥ ਚਲਾਉਂਦੇ ਹਾਂ ਤਾਂ ਚਲਾਉਣ ਨਹੀਂ ਇਹ ਸਾਡੇ ਚਲਾਉਣ ਆ ਇੱਦਾਂ ਇੰਨੇ ਵੀ ਨਹੀਂ ਹੁੰਦੇ ਬਟ ਬਹੁਤ ਸਟ੍ਰਿਕਟ ਰੂਲ ਲੱਗੇ ਚੰਡੀਗੜ੍ਹ ਤੁਹਾਨੂੰ ਪਤਾ ਹੁਣ ਬਾਕੀ ਆ ਜਲਦੀ ਘੁੰਮਦੇ ਫਿਰਦੇ ਲਾਗੇ ਬਣੇ ਕੋਈ ਲੋਕੇਸ਼ਨ ਕਹਿੰਦੇ ਹੈਗੀ ਆ ਸਕੂਟਰ 'ਤੇ ਚੱਲਦੇ ਆਪਾਂ ਆਜੋ ਚੱਲ ਹੋ ਅੱਜ ਚੰਡੀਗੜ੍ਹ ਘੁੰਮਾਂਗੇ ਸਕੂਟਰ ਹੀ ਦੇ ਵਾਈਟ ਬਲੈਕ ਸਕੂਟਰ ਵੀ ਬੜੀਆਂ ਤੇਲ ਮਾਰੂਗਾ ਚੰਡੀਗੜ੍ਹ ਵਿੱਚ ਐ ਸਕੂਟਰੀ ਘੁੰਮਣ ਦਾ ਹੁਣ ਸਿਰਫ ਘਰਦਿਆਂ ਨੇ ਕਿਹਾ ਵਾ ਇੱਕ ਰੈਡ ਲਾਈਨ ਕ੍ਰੋਸ ਨਾ ਕਰਿਓ ਅਤੇ ਇੱਕ ਜੀ ਸਪੀਡ 20-40 ਰੱਖਿਓ ਬਸ ਤੋਂ ਮੀਂਹ ਦੀ ਯਾਰ ਹੁਣ ਗੇੜੀਆਂ ਦੇ ਵੀ ਸਕੂਟਰੀ ਦੇ ਚੰਡੀਗੜ੍ਹ ਦੇ ਵਿੱਚ ਅਤੇ ਬਾਕੀ ਪਤਾ ਸਾਨੂੰ ਕੁਛ ਨਹੀਂ ਕਿੱਥੇ ਆਉਣਾ ਕਿਤੇ ਨਹੀਂ ਆਉਣਾ ਬਸ ਤੁਰੀ ਆ ਰਿਹਾ ਕਿਤੇ ਨਾ ਕਿਤੇ ਜਾਵਾਂਗੀ ਦੇਖਦੇ ਹਾਂ ਮੀਂਹ ਨੇ ਬੜਾ ਕੰਮ ਖਰਾਬ ਕੀਤਾ ਯਾਰ ਲਾਇਆ ਲੋਕ
ਵੇਖੋ ਕਿੰਨੇ ਮਨ ਕੋ ਲੋਕ ਨੇ ਲੱਗਣ ਦੇ ਹਰੇ ਨੇ ਕੀ ਕਰਨਾ ਲੈ ਯਾਰ ਸਾਰੀ ਫਰੈਂਡਸ ਦੀ ਮੱਤ ਵੱਜ ਗਈ यार सानू आप नहीं पता अभी पता नहीं केड़े केड़े किड्डी दूर सैक्टर घूमा है अद्धा घंटा घंटा फिरते रहते पहले यार बच्चे मैंने फोन आला पे फिर कर दिया यार हाँ अद्धा घंटा घंटा घूमते पे तो अं गवाच गए फिर महा लोकेशन ला के हम सैक्टर लग गए हैं तो एक आया शायद पार्क जी हैगी जे तो बाकी पता नहीं अंदर की आ तो पार्क सू घर क्या लाग गया कि जाके चल जाओ बट सानू कोई दबी नहीं तो हम देखते यार की मूह चल इतों का आ जाओ पार्क में वेखना मतलब तुरन फिरन वाला ही आ पार्क का नाम नहीं पता यार सानू की है वैसे यार वो समुंदर आ वेखी है वो बिच भला मैंने गंदे पे अच्छा पानी ही आ मतलब हूँ इस वक्त पानी नहीं है उमें तो हों चेक करो यार ठीक है सारा यार मतलब उतों तक पानी होता होना यार आहो आ फवारे फवूरे जो होने तू चलते होना अगली साइड तक ही है और पार्क देखने वाला उधर तो भंगूड़े भंगाड़े यार बच्चे वाले वो चक्कर एक्सरसाइज वाले जे तो इधर एक चीज लोकेशन यार मुझे सही लगी आ देख रहे इधर ये की करन दे ओ इधर खेडण वाला तेरी ने बैट बॉल खेडन दे यार इधर तां सही है यार कैनेडा यार पार्क वैसे आ पार्क मतलब काफ़ी वड्डी है मतलब घूम फिर के ते बस इंजॉय कर ली आ फोटो शूट फोटा छड़ ली तो है नहीं ग्रीनरी वगैरह ही ठीक है यार बाकी जो भी है कैनेडा तो हम थोड़े बहुत फोटो क्लिक करते हैं सो आप चलते हैं फिर अपने यार घर रोटी पानी खाइए फिर घूम जाना वा कितने आना वा वो नहीं दसना वो तो मैं अगले ब्लॉग च पा लग जूगा ओने टाइम तक आप लोग इंजॉय करो तुम चलो यार मित्रों ये ब्लॉग हम आप इतने एंड करते हैं तो हम आप चलिए अपने नैक्सट डेस्टिनेशन से मीनस किसी नैक्सट चंडीगढ़ में एक्सप्लोर करने की चीज जगह पर तो बाकी वो तुम आने ब्लॉग पा लग हम आप कितने चले हाँ सो चैनल करो सबसक्राइब आई नो ये ब्लॉग थोड़ा निका बनया वा चलता यार इन्ना क्या फिर वेलो पैसे खा लो बाकी सबसक्राइब कर दियो तो मिलते हैं तुम अगले आने वाले ब्लॉग बिच टिल देन बाय बाय पीस आउट।